ਚੌਂਕ ਸੀਗਾ ਬੰਬੂ ਘਾਟ ਦਾ ਬਣਾਉਣ ਲਈ ਸਰ, ਤੋ ਆਪਾਂ ਤਿਆਰ ਕੀਤਾ ਸਰ। ਜਿੱਦਾਂ ਪੈਟਰੋਲ ਦੀ ਕਾਫੀ ਕੀਮਤ ਵੱਧ ਰਹੀ ਹੈ ਸਰ, ਅਤੇ ਇੱਕ ਆਪਾਂ ਇਲੈਕਟ੍ਰੀਕਲ ਬੰਬੂ ਘਾਟ ਤਿਆਰ ਕੀਤਾ ਸਰ, ਇਹ ਬੈਟਰੀ 'ਤੇ ਚੱਲਣ ਵਾਲਾ ਬੰਬੂ ਘਾਟ ਹੈ ਸਰ। ਇਹ ਮੀਟਰ ਹੈ ਡਿਜੀਟਲ, ਇਹਦੇ 'ਚ ਸਰ ਬੈਟਰੀ ਦੱਸਦੇ ਵੀ ਕਿੰਨੀ ਬੈਟਰੀ ਰਹਿ ਚੁੱਕੀ ਸਰ, ਕਿੰਨਾ ਕਿਲੋਮੀਟਰ ਚੱਲ ਚੁੱਕਾ ਸਰ। ਬਾਕੀ ਜਿਹੜੇ ਸਰ ਇਹ ਸਵਿੱਚ ਹੈ, ਇਹ ਸਰ ਹੋ ਗਿਆ ਆਪਣੇ ਹੈਡਲਾਈਟ ਦਾ ਸਵਿੱਚ ਲਗਾਤਾ ਸਰ, ਇਹ ਮਿਊਜ਼ਿਕ ਸਿਸਟਮ ਦਾ ਸਵਿੱਚ ਹੈ ਸਰ, ਇਹ ਪਾਰਕਿੰਗ ਲਾਈਟਾਂ ਦੇ ਸਰ, ਇਹ ਚਾਰੇ ਜਿੱਦਾਂ ਆਪਾਂ ਇੰਡੀਕੇਟਰ ਚਲਾਉਂਦੇ ਉਹਦੇ ਲਈ ਹੈ ਸਰ, ਇਹਦੇ ਇੱਕ ਨੀਚੇ ਪਾਰਕਿੰਗ ਲਾਈਟ ਹੋਰ ਲੱਗੀ ਹੋਈ ਸਰ, ਇਹ ਉਹਦੇ ਲਈ ਹੈ ਸਰ ਸਵਿੱਚ। ਇੱਕ ਵਾਰ ਚਾਰਜ ਕਰੇ ਤਾਂ ਤਕਰੀਬਨ 70 ਤੋਂ 75 ਕਿਲੋਮੀਟਰ ਬੜੇ ਆਰਾਮ ਨਾਲ ਕੱਢ ਰਹੇ ਸਰ। ਇੱਕ ਮੈਂ ਮਿੰਨੀ ਸਕੂਟਰੀ ਤਿਆਰ ਕਰ ਰਿਹਾ, ਹਾਂਜੀ ਸਰ, ਉਹ ਵੀ ਬਹੁਤ ਜਲਦੀ ਆਪਾਂ ਤਿਆਰ ਕਰ ਲੈਣੀ ਮਿੰਨੀ ਸਕੂਟਰੀ ਦੇ ਨਾਂ 'ਤੇ ਸਰ। ਘੱਟ ਬਜਟ ਦੇ ਵਿੱਚ ਜੋ ਆਪਾਂ ਦੇਖ ਰਹੇ ਹਾਂ ਮਾਰਕੀਟ ਦੇ ਵਿੱਚ, ਸਕੂਟਰੀ 60 ਤੋਂ 65 ਹਜ਼ਾਰ ਦੀ ਮਿਲ ਰਹੀ ਇਲੈਕਟ੍ਰੀਕਲ ਸਰ, ਉਹ ਵੀ ਆਪਣੀ 25 ਤੋਂ 30 ਹਜ਼ਾਰ ਦੇ ਵਿੱਚ ਸਕੂਟਰੀ ਸਰ ਮਿੰਨੀ ਇੱਕ ਤਿਆਰ ਹੋ ਰਹੀ ਹੈ। ਕਾਫੀ ਕੋਲਸ ਆ ਚੁੱਕੇ ਹੈ ਸਰ ਮੈਨੂੰ, ਹੁਸ਼ਿਆਰਪੁਰ ਤੋਂ ਵੀ ਕੋਲ ਆ ਚੁੱਕੇ ਹੈ ਸਰ, ਇੱਧਰ ਫਿਰੋਜ਼ਪੁਰ ਤੋਂ ਵੀ ਸਾਰਾ ਕੋਲ ਆ ਚੁੱਕੇ ਹੈ, ਜੀਰੇ ਪਿੰਡ ਤੋਂ ਵੀ ਸਰ ਕੋਲ ਕਾਫੀ ਆ ਚੁੱਕੇ ਨੇ ਸਰ, ਉਹ ਬਣਵਾਉਣ ਲਈ ਕਹਿ ਰਹੇ ਨੇ ਸਰ। ਬਾਕੀ ਉਹਨਾਂ ਨੇ ਸਰ ਕੱਲ੍ਹ ਆਉਣਾ ਹੈ, ਕਿੰਨੇ ਦੇਖਣ ਹੁਸ਼ਿਆਰਪੁਰ ਵਾਲਿਆਂ ਨੇ ਸਰ, ਜਿੱਦਾਂ ਕਿ ਹੁਣ ਸਾਇਲੈਂਟ ਬਾਈਕ ਹੈ ਸਰ, ਆਵਾਜ਼ ਕੁਛ ਵੀ ਨਹੀਂ ਸਰ ਹੈਗੀ, ਬਸ ਸਰ ਫਿਰ ਚਲਦੇ ਚਲਦੇ ਮਿਊਜ਼ਿਕ ਮਨ 'ਚ ਆਏ ਕਿ ਇੱਕ ਮਿਊਜ਼ਿਕ ਜਿੱਦਾਂ ਸਾਇਲੈਂਟ ਹੈਗੀ ਹੈ, ਕੋਈ ਆਵਾਜ਼ ਸ਼ੋਰ ਸ਼ਰਾਬਾ ਹੈ ਨਹੀਂ, ਅਤੇ ਕਿ ਉਹਨੇ ਇੱਕ ਮਿਊਜ਼ਿਕ ਲਗਾਇਆ ਜਾਵੇ ਸਰ ਇਹ 'ਚ, ਫਿਰ ਮਿਊਜ਼ਿਕ ਲਗਾਤਾ ਸਰ, ਹੁਣ ਮਿਊਜ਼ਿਕ ਤਾਂ ਆਪਾਂ ਜਿੱਦਾਂ ਵੀ ਰੋਡ 'ਤੇ ਜਾਈਦਾ ਸਰ, ਆਰਾਮ ਨਾਲ ਸਰ ਆਪਣਾ ਟਾਈਮ ਪਾਸ ਹੋ ਜਾਂਦਾ, ਚਲਦੇ ਚਲਦੇ ਸਰ ਆਵਾਜ਼ ਵੀ ਵਧੀਆ ਆ ਜਾਂਦੀ ਹੈ ਮਿਊਜ਼ਿਕ ਦੀ। ਆਪਣੇ ਚੁੰਗੀ 'ਤੇ ਮੈਂ ਗਿਆ ਸੀਗਾ ਲੈ ਕੇ, ਤੂੰ ਫਰੈਂਡ ਮਿਲਿਆ ਉਹਨੂੰ ਤਾਂ ਪਹਿਲਾਂ ਤਾਂ ਦੇਖਿਆ ਉਹਨੂੰ, ਫਿਰ ਉਹਨੇ ਇਹਨੂੰ ਇਨਾਮ ਦੇ ਤਾ ਸਰ, ਕਿ ਬੰਬੂ ਘਾਟ ਦਾ ਬਹੁਤ ਨਾਮ ਦੇ ਰਹੇ ਨੇ, ਉਹਨਾਂ ਨੇ ਸਰ ਨਵਾਂ ਹੀ ਨਾਮ ਦੇ ਤਾ ਕਿ ਸਟਰੀਟ ਕੋਬਰਾ, ਵੀ ਗਲੀਆਂ ਦਾ ਸੱਪ ਸਰ। ਪੰਜਾਬ ਨਿਊਜ਼ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਤੁਹਾਡੇ ਨਾਲ ਗਗਨ ਸ਼ਰਮਾ। ਕਹਿੰਦੇ ਨੇ ਪੰਜਾਬ ਦੇ ਵਿੱਚ ਨਵੀਆਂ ਕਾਢਾਂ ਨੌਜਵਾਨਾਂ ਵੱਲੋਂ ਕੀਤੀਆਂ ਜਾਂਦੀਆਂ ਨੇ। ਪਿੱਛੇ ਜੇ ਗੱਲ ਕਰੀਏ, ਲੋਕਡਾਊਨ ਦੌਰਾਨ ਕਾਫੀ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਸਨ, ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਇਸੇ ਗੱਲੋਂ ਹੀ ਜਿਹੜਾ ਜਾਣਿਆ ਜਾਂਦਾ ਕਿ ਨੌਜਵਾਨ ਪੰਜਾਬ ਵਾਸੀਆਂ ਦੇ ਵਿੱਚ ਜਿਹੜਾ ਟੈਲੈਂਟ ਆ ਉਹ ਬਖੂਬੀ ਦੇ ਨਾਲ ਭਰਿਆ ਹੋਇਆ ਹੈ। ਇਸ ਵਿੱਚ ਅਸੀਂ ਮੌਜੂਦ ਹਾਂ ਅੱਜ ਲੁਧਿਆਣਾ ਸ਼ਹਿਰ ਦੇ ਖਨੇਜਾ ਪਿੰਡ ਦੇ ਵਿੱਚ, ਜਿੱਥੇ ਕਿ ਹਰਪਿੰਦਰ ਸਿੰਘ ਨਾਮ ਦੇ ਨੌਜਵਾਨ ਵੱਲੋਂ ਇੱਕ ਮੋਟਰਸਾਈਕਲ ਦਾ ਮਤਲਬ ਬੰਬੂ ਘਾਟ ਇੱਕ ਤਿਆਰ ਕੀਤਾ ਗਿਆ। ਤੁਸੀਂ ਐਮੀ ਵਿਰਕ ਦੀ ਇੱਕ ਫਿਲਮ ਦੇਖੀ ਹੋਣੀ ਆ ਬੰਬੂ ਘਾਟ, ਜਿਹਦੇ ਵਿੱਚ ਉਹ ਬੰਬੂ ਘਾਟ ਇੱਕ ਤਿਆਰ ਕਰਦਾ ਪੁਰਾਣੀ ਮਸ਼ੀਨਰੀ ਦੇ ਨਾਲ, ਇਸੇ ਤਰ੍ਹਾਂ ਹੀ ਇਸ ਵੀਰ ਨੇ ਵੀ ਤਿਆਰ ਕੀਤਾ ਹੈ ਬੰਬੂ ਘਾਟ। ਸੋ ਸਾਡੇ ਨਾਲ ਮੌਜੂਦ ਆ ਵੀਰ, ਗੱਲਬਾਤ ਕਰਾਂਗੇ ਇਹਦੇ ਨਾਲ। ਵੀਰ ਸਤਿ ਸ਼੍ਰੀ ਅਕਾਲ ਜੀ, ਆਜੋ ਇੱਧਰ ਨੂੰ ਆਜੋ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਵੀਰੇ? ਪਹਿਲਾਂ ਠੀਕ ਹੋ? ਹਾਂਜੀ ਹਾਂਜੀ ਸਰ, ਠੀਕ ਵਧੀਆ ਜੀ। ਪਹਿਲਾ ਸਵਾਲ ਤਾਂ ਇਹ ਰਹੇਗਾ ਕਿ ਫੈਮਿਲੀ ਦੇ ਵਿੱਚ ਵੀਰੇ ਕੌਣ ਕੌਣ ਆ ਤੁਹਾਡੀ? ਸਰ ਫੈਮਿਲੀ 'ਚ ਮੇਰੇ ਮੰਮੀ ਪਾਪਾ, ਵਾਈਫ ਹੈ ਅਤੇ ਇੱਕ ਮੇਰਾ ਬੇਟਾ ਸਰ। ਹਾਂਜੀ ਸਰ। ਸੋ ਅਸੀਂ ਦੇਖਿਆ ਕਿ ਤੁਸੀਂ ਨਵੀਂ ਕਾਢ ਜੀ ਕੀਤੀ ਆ ਮੋਟਰਸਾਈਕਲ, ਬੰਬੂ ਕਾਟ ਜਿਹੜਾ ਤਿਆਰ ਕੀਤਾ, ਇਹਦੇ ਬਾਰੇ ਕੁਝ ਦੱਸੋ ਸਾਡੇ ਸਰੋਤਿਆਂ ਨੂੰ ਤੁਸੀਂ। ਸਰ ਇੱਕ ਸ਼ੌਂਕ ਸੀਗਾ ਬੰਬੂ ਕਾਟ ਦਾ ਬਣਾਉਣ ਲਈ ਸਰ, ਤੋ ਆਪਾਂ ਤਿਆਰ ਕੀਤਾ ਸਰ, ਜਿੱਦਾਂ ਪੈਟਰੋਲ ਦੀ ਕਾਫੀ ਕੀਮਤ ਵੱਧ ਰਹੀ ਹੈ ਸਰ, ਅਤੇ ਇੱਕ ਆਪਾਂ ਇਲੈਕਟ੍ਰੀਕਲ ਬੰਬੂ ਕਾਟ ਤਿਆਰ ਕੀਤਾ ਸਰ, ਇਹ ਬੈਟਰੀ 'ਤੇ ਚੱਲਣ ਵਾਲਾ ਬੰਬੂ ਕਾਟ ਹੈ ਸਰ। ਇਹ ਕਿੰਨੀ ਕੁ ਇਹਦੀ ਵਾਟ ਹੈਗੀ ਆ, ਕਿੰਨੇ ਕੁ ਕਿਲੋਮੀਟਰ ਚੱਲਦਾ ਸਹੀ ਹੈ? ਸਰ ਇੱਕ ਵਾਰ ਚਾਰਜ ਕਰੇ ਤਾਂ ਤਕਰੀਬਨ 70 ਤੋਂ 75 ਕਿਲੋਮੀਟਰ ਬੜੇ ਆਰਾਮ ਨਾਲ ਕੱਢ ਰਹੇ ਸਰ ਇਹ। ਹਾਂਜੀ ਸਰ। ਕਿਹੜੀ ਕਿਹੜੀ ਮਸ਼ੀਨਰੀ ਇਹਦੇ ਵਿੱਚ ਤੁਸੀਂ ਫਿੱਟ ਕੀਤੀ ਹੈ ਜਿਹਦੇ ਨਾਲ ਇਹ ਤਿਆਰ ਕੀਤਾ ਪੂਰਾ? ਸਰ ਇਹ 'ਚ ਆਪਣੇ ਦੋ ਤਰ੍ਹਾਂ ਦੀਆਂ ਬੈਟਰੀਆਂ ਆਈਆਂ ਸਰ ਇਹਦੇ ਵਿੱਚ, ਇੱਕ ਸਰ ਹੱਬ ਮੋਟਰ ਲਗਾਈ ਹੈ, ਬਾਕੀ ਸਰ ਇਹ 'ਚ ਮੀਟਰ ਵਗੈਰਾ, ਸਵਿੱਚ, ਮਿਊਜ਼ਿਕ ਸਿਸਟਮ, ਸਰ ਔਲ ਸਭ ਕੁਛ ਲਗਾਇਆ ਹੋਇਆ ਸਰ ਇਹਦੇ ਵਿੱਚ। ਹਾਂਜੀ। ਅਤੇ ਮਿਊਜ਼ਿਕ ਦੀ ਤੁਸੀਂ ਗੱਲ ਕੀਤੀ ਆ, ਅਤੇ ਮਿਊਜ਼ਿਕ ਦੇ ਬਾਰੇ ਥੋੜ੍ਹਾ ਜਿਹਾ ਅਸੀਂ ਚਾਹਵਾਂਗੇ ਕਿ ਇਹਨੂੰ ਚਲਾ ਕੇ ਵੀ ਦਿਖਾਓ, ਤਾਂ ਕਿ ਦੇਖਣ ਵਾਲੇ ਸਰੋਤਿਆਂ ਨੂੰ ਵੀ ਪਤਾ ਲੱਗੇ ਕਿ ਚੱਲਦਾ ਇਹਦੇ ਵਿੱਚ ਮਿਊਜ਼ਿਕ। ਸਰ ਇਹ ਮਿਊਜ਼ਿਕ ਦਾ ਸਵਿੱਚ ਹੈ ਜਿਹਨੂੰ ਆਪਾਂ ਜਿੱਦਾਂ ਔਨ ਕਰਦੇ ਹਾਂ ਸਰ, ਅਤੇ ਇਹ ਸੌਂਗ ਲੱਗਦੇ ਸਰ ਇਹਦੇ ਵਿੱਚ, ਨੀਚੇ ਸਪੀਕਰ ਲੱਗੇ ਹੋਏ ਸਰ ਇਹਦੇ। ਹਾਂਜੀ ਸਰ। ਬੰਦ ਕਰ ਦਿਓ ਇਹਨੂੰ ਤੁਸੀਂ। ਅਤੇ ਅਸੀਂ ਚਾਹਵਾਂਗੇ ਕਿ ਥੋੜ੍ਹੀ ਹੋਰ ਡੰਘਾਈ ਦੇ ਨਾਲ, ਜਿਵੇਂ ਤੁਸੀਂ ਆਹ ਦੱਸੇ ਆ ਬਟਨ ਇਹਦੇ ਵਿੱਚ ਲਾਏ ਆ, ਮੀਟਰ ਵਗੈਰਾ, ਇਹਦੇ ਬਾਰੇ ਕੁਝ ਜਾਣਕਾਰੀ ਹੋਰ ਜ਼ਿਆਦਾ ਦਿਓ ਸਾਨੂੰ। ਹਾਂਜੀ ਸਰ, ਜਿੱਦਾਂ ਕਿ ਇਹ ਮੀਟਰ ਹੈ ਡਿਜੀਟਲ, ਇੱਥੇ ਜੇ ਸਰ ਬੈਟਰੀ ਦੱਸਦੇ ਵੀ ਕਿੰਨੀ ਬੈਟਰੀ ਰਹਿ ਚੁੱਕੀ ਸਰ, ਕਿੰਨਾ ਕਿਲੋਮੀਟਰ ਚੱਲ ਚੁੱਕਾ ਸਰ। ਬਾਕੀ ਜਿਹੜੇ ਸਰ ਇਹ ਸਵਿੱਚ ਹੈ, ਇਹ ਸਰ ਹੋ ਗਿਆ ਆਪਣੇ ਹੈਡਲਾਈਟ ਦਾ ਸਵਿੱਚ ਲਗਾਤਾ ਸਰ, ਇਹ ਮਿਊਜ਼ਿਕ ਸਿਸਟਮ ਦਾ ਸਵਿੱਚ ਹੈ ਸਰ, ਇਹ ਪਾਰਕਿੰਗ ਲਾਈਟਾਂ ਦੇ ਸਰ, ਇਹ ਚਾਰੇ ਜਿੱਦਾਂ ਆਪਾਂ ਇੰਡੀਕੇਟਰ ਚਲਾਉਂਦੇ ਉਹਦੇ ਲਈ ਹੈ ਸਰ, ਇਹਦੇ ਇੱਕ ਨੀਚੇ ਪਾਰਕਿੰਗ ਲਾਈਟ ਹੋਰ ਲੱਗੀ ਹੋਈ ਸਰ, ਇਹ ਉਹਦੇ ਲਈ ਹੈ ਸਰ ਸਵਿੱਚ। ਹਾਂਜੀ ਸਰ। ਕਿੰਨੇ ਕੁ ਘੰਟੇ, ਜਿਵੇਂ ਤੁਸੀਂ ਕਿਹਾ ਇਹ ਬੈਟਰੀ ਸਿਸਟਮ ਲਾਇਆ, ਮੈਂ ਕਿੰਨੇ ਕੁ ਘੰਟੇ ਚਾਰਜ ਕਰਨਾ ਪੈਂਦਾ ਇਹਨੂੰ? ਸਰ ਇਹ 4 ਤੋਂ 4.5 ਘੰਟੇ ਵਿੱਚ ਚਾਰਜ, ਫੁੱਲ ਚਾਰਜ ਹੋ ਜਾਂਦਾ ਸਰ,
एक यूनिट खाँदा सर 10 रुपये की बिजली खाँदा तो 70 तो 75 किलोमीटर चलता सर। हाँ जी सर। तो ये पेशा रहा थोड़ा पुराना या किदा? सर ये शौक से एक सर इलैक्ट्रिकल बाइक बना सर, इसलिए आप बनाया सर। हाँ जी सर, हूँ आप काम शुरू किया थोड़े दिनों तो। हाँ जी सर। फादर साहब भी थोड़े यही काम करते या कोई हड्ड? सर फादर साहब ड्राइविंग करते थे। हाँ जी सर, हूँ वो स्कूल वैन चलाते, हूँ जिदा स्कूल बंद है सर, वो भी करे है तो थोड़ा बहुत मेरा साथ दे रहे हैं सर बिच। हाँ जी हाँ जी हाँ जी सर। होर किन्निया को नवीं काडा देखने को मिलनगियां, जिवें अज तुसी बंबू काड तैयार किया, होर की नवा तैयार कर रहे हो? सर एक मैं मिनी स्कूटरी तैयार कर रहा। हाँ जी सर, वो भी बहुत जल्दी आप तैयार कर लेनी मिनी स्कूटरी के नाते सर। घट बजट के जो आप देख रहे हैं मार्केट के स्कूटरी 60 तो 65 हज़ार की मिल रही इलैक्ट्रिकल सर, वही अपनी 25 से 30 हज़ार के स्कूटरी सर मिनी एक तैयार हो रही है। हाँ जी सर इलैक्ट्रिकल। ऑन डिमांड तैयार हो रही है या किदा? सर वो भी शौकिया तौर पर आप तैयार कर रहे हैं सर, जिदा बच्चे स्कूल जाते सर उन्होंने तैयार कर रहे हैं सर। नवी चीज़ का? हाँ जी हाँ जी सर, एक नवी चीज़ जिदा आप नवी चीज़ की उदा ही सर एक नवी चीज़ होर तैयार कर रहे हैं सर। बाकी सर आप साइकिलों पर ई किट जी ई साइकिल किट भी लगा रहे हैं सर, मोटर वगैरह जो साइकिलों पर लग रही किट वो भी सर आप 4-5 लगा के दे चुके हैं सर। हाँ जी सर। ते मार्केट दे विच पुछांगे कदों के लॉन्च करोगे इनू? सर मार्केट दे विच कोई जिदा आप नाल अपने साथ दे रहे हैं सर, कोई कंपनी आ रही है सर नाल, तो फिर आप बहुत जल्दी सर लॉन्च कर देंगे सर मार्केट से। हाँ जी सर। ते किन्नी को लागत लगी है वीर एदे ते पुछांगा मैं तुहानू? सर इतने मेरी 40 तो 45 हज़ार रुपया लागत लग चुकी है सर ये। हाँ जी सर। ते मार्केट रेट की होवेगा फिर एदा? सर मार्केट आप ये नाम ही बनाना सर, आप घट तो घट जिदा 55 से 60 के करीब आप सर दे देंगे सर इनू। हाँ जी। हुण तक कोई आया थोनू ऑर्डर एदा? क्योंकि पिंड दे विच तुसी घुमांदे रहे हो ते शहर वाल भी लैके गए होने एक अद्धी वारी, ते कोई किसी ने पुछया या कोई? सर काफ़ी कॉल्स आ चुके हैं सर, मैंने हुशियारपुर तो भी कॉल आ चुके हैं सर, इधर फिरोजपुर तो भी सारा कॉल आ चुके हैं, जीरे पिंड तो भी सर कॉल काफ़ी आ चुके हैं ने सर, वो बनवाने लिए कह रहे हैं सर। बाकी उन्होंने सर कल आना है कि नहीं देखना हुशियारपुर वाले ने सर, शायद सर यदि जी डील हो जाए, उन्होंने बहुत पसंद आया सर आप वीडियो उन्होंने देखी है। हाँ सर वो भी कल आ रहे हैं। हो सकता है जल्दी बाजार दे विच ये चीज़ दौड़दी हुई नज़र आवे, है ना? हाँ जी हाँ जी सर, बहुत जल्दी सर आएगी, क्योंकि सर यदा एक तो साइलेंट है सर, कोई शोर प्रदूषण की कोई सर है नहीं कुछ भी सर, एक म्यूजिक सिस्टम लगा है सर, आराम ना सुनते जाइए सर, कोई शोर शराबा तो है नहीं सर। अच्छा म्यूजिक सिस्टम किदा आया दिमाग दे विच भी, क्योंकि नॉर्मल अगे भी काफ़ी चीज़ा तैयार हुई ने लॉकडाउन दे विच, असी वीडियोज़ वगैरह देखते रहने भी वेले बैठे ने, बड़ी चीज़ा तैयार कीतिया ने, तो म्यूजिक का किमें ध्यान आया थानू कि ये म्यूजिक भी फिट किया जाए? सर ये जिदा कि हम साइलेंट बाइक है सर, आवाज़ कुछ भी नहीं सर हैगी बस सर, फिर चलते चलते म्यूजिक मन चाहे कि एक म्यूजिक जिदा साइलेंट हैगी है, कोई आवाज़ शोर शराबा है नहीं, तो यही कि उन्हें एक म्यूजिक लगाया जाए सर इस, फिर म्यूजिक लगाते हैं सर, और म्यूजिक तो आप जिदा भी रोड से जाइए सर आराम ना सर अपना टाइम पास हो जाता, चलते चलते सर आवाज़ भी वधिया आ जाती है म्यूजिक की। हाँ जी सर। तो आस पास वाले देखते भी है सर भी कि कोई चीज़ जा रही है सर, इन चुप चुपा को लंघ जीता जी, हूँ म्यूजिक लगा होंगे पहले एक बार देख दिए जरूर है सर इनू। अच्छा म्यूजिक सिस्टम की जो गल करिए थोड़े नाल, जिवें बैटरी यदि तुसी क्या वा 4 तो 5 घंटे दे विच विच चार्ज हो जाती है, तो म्यूजिक भी वो ही है किन्नी को बैटरी फिर खिंचदा हुंदा? सर म्यूजिक सिस्टम लिए आप अलग बैटरी रखी हुई है, जिदा हम सर आप बाइक ऑफ करके खड़ी करनी है सर, तो अपने मोटर से जब आप ऑन करने तो फिर मोटर से भी लोड पैंता सर, हम म्यूजिक सुनना आप बाइक ऑफ है अपनी सर, ये अलग बैटरी है म्यूजिक लिए सर, सर वो करीबन 6 तो 7 घंटे आराम ना चलती है सर। हाँ जी सर, एक बार चार्ज करते तो भी 6 तो 7 घंटे आराम ना चलती सर, वो लिए आप म्यूजिकली अलग ही बैटरी रखी हुई है। अच्छा दो बैटरियाँ ये फिट की हुई सर? हाँ जी सर, दो बैटरी जिदा हम आप बैठे हैं क्योंकि म्यूजिक लगाना है सर, यार दोस्त असं बैठे आते थे म्यूजिक लगाना सर, इन ऑन करके आराम ना सर बैठे रही सर म्यूजिक सुन लीजा सर। मोटर किन्नी को फिट की फिर ये एक ही मोटर है, हब मोटर है सर पिछे जो मैगनेट मोटर जिन्हों कहा जाता है सर। हाँ जी सर। नंबर तुसी मैं देखा एक नंबर प्लेट अपने तुसी मोटरसाइकिल दी जड़ी लगाई है, अपने नंबर लिखा है फोन ते अपना नाम लिखा, एदा की कारण होया? सर ये मेरे फ्रेंड सेगा मिलिया अपने चुंगी ते, मैं गए सेगा लेके तो फ्रेंड मिले उन्हें, तो पहले तो देखा उन्होंने, फिर उन्हें इनू नाम देता सर कि बंबू घाट का बहुत नाम दे रहे हैं, उन्होंने सर नवा ही नाम देता कि स्ट्रीट कोबरा भी गलियां का सप सर है, तो उन्होंने मेरा नीचे मोबाइल नंबर भी लिखता सर, तो उन्होंने बोनट से भी एक सामने कोबरा दी सर एक फोटो लगाती भी एक सप की तरह देख रहा ब्लैक। अच्छा काफ़ी हाइट डिजाइन थोड़े यार दोस्त का बनाया हुआ है ना? हाँ जिसने उन्होंने स्टिकर लगाया देख के, डिजाइन तो सर अपना ही तैयार किया बस उन्होंने देख के भी नाम देता, उन्होंने नाम उन्होंने दिता हुआ सर। अच्छा। हाँ जी सर। ते
चलो उम्मीद रहेगी सानू भी कि जल्दी तो जल्दी ये जड़ी चीज़ आ बाजार दे विच लॉन्च होवे, जिवें कि तुसी क्या कोई कंपनी अगर डील कर दी है साडे नाल ते छेती तो छेती इहनू मार्केट दे विच लैके आवांगे। सो धन्नवाद वीरे, गलबात कीती आ काफ़ी जड़ी यूनीक जी चीज़ वीर ने बनाई आ, ये जिवें कि बंबू काट पुराने टाइम दे विच चलदे हुंदे सीगे। सो वक्त वक्त दे नाल जिहड़ियां चीज़ां बदलदी रही, बुलट आए होर उस दे नाल नवें नवें मोटरसाइकिल बाजार दे विच लॉन्च होए। अजकल एक होर जिहड़ी चीज़ वीर बना रहा, साइकिल दा जिहड़ा युग आ उह खत्म हुंदा जा रहा है। सो साइकिल दे लई वी ये वीर काम कर रहा, उहदे ते मोटर फिट कर रहा, और नाल दे नाल इसने जिहड़ी गल कही आ कि इलैक्ट्रिकल जिहड़ी स्कूटरी आ उह वी जल्दी तो जल्दी तैयार होवेगी, उह वी स्रोतियां दे अग्गे रूबरू असीं करांगे। सो तुसीं देखदे रहो चैनल पंजाब न्यूज़ लुधियाणा, तो कैमरामैन अंकुश दे नाल मैं गगन शर्मा।